ਗਾਬਾ ਅਸ਼ਰ ਕੀਤੀ ਪੈਸਾ ਲਾ ਲਾ ਤਾਜ ਮਾਮਾ ਅਸਲਾਮ ਅਲੈਕੁਮ ਕਿਆ ਹਾਲ ਹੈ ਵੀਰੋ ਠੀਕ ਹੋ ਤਬੀਅਤ ਸੇ ਠੀਕ ਹੈ ਮੈਂ ਤੁਹਾਡਾ ਆਪਣਾ ਸਮਝਵਾ ਤੂੰ ਸਾਡੇ ਦੇਖੋ ਯੂਟਿਊਬ ਚੈਨਲ ਤਨਹਾ ਪ੍ਰੋਡਕਸ਼ਨ ਵੀ ਲਓ ਅੱਜ ਮੇਰੇ ਸਾਰੇ ਦੋਸਤਾਂ ਕੋ ਈਦ ਮੁਬਾਰਕ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਕੋ ਸਬਸਕ੍ਰਾਈਬ ਕਰੇ ਸੋ ਤੇ ਬੈਲ ਆਈਕਨ ਕੋ ਜ਼ਰੂਰ ਪ੍ਰੈਸ ਕਰੇ ਸੋ ਅੱਜ ਦੀ ਵੀਡੀਓ ਬਹੁਤ ਮਜ਼ੇਦਾਰ ਥੀ ਬਣਾ ਲਈ ਹੈ ਅੱਜ ਕੁਰਬਾਨੀ ਕੀਤੀ ਸੇ ਤੇ ਅੱਜ ਉਹ ਫੰਡਰ ਸ਼ੰਡਰ ਜਿਹੜੀ ਕੋਈ ਨਹੀਂ ਉਹ ਕੁੱਠੀ ਸੇ ਤਾਂ ਕੋ ਵੀਡੀਓ ਦਿਖ ਲੈਣਾ ਹੈ ਅਗਤੇ ਵੀਬਰੋ ਅਸਾਂ ਗਾਬਾ ਚਿਕਣ ਗਾਬਾ ਅਸਾਂ ਕੋ ਪੈ ਖੜਵਈ ਹੁਣ ਰੇੜਾ ਚਿਕਵਾਏ ਥੇ ਰੇੜੇ ਤੇ ਹੁਣ ਪਾਵਣ ਆਇਆ ਤੂੰ ਇਵੇਂ ਮਾਮਾ ਹਾਂ ਬਿਲਕੁਲ ਦੇਸੇ ਹਾਲ ਕੋ ਦਾ ਗਾਬੇ ਦਾ ਗਾਬੇ ਦਾ ਹਾਲ ਨਾ ਪੁੱਛੋ ਮਾਰ ਕਾ ਗਾਬਾ ਅਸ਼ਰ ਕੀਤੀ ਪੈਸਾ ਲਾ ਲਾ ਕਬਲਾ ਕੱਟ ਲਾ ਸ਼ੱਕ ਨਾਲ ਬਲੋਸ਼ੀ ਵੈ ਗੁਹਾ ਲੱਗਾ ਖੜੇ ਗੁਜ਼ਰਾਨ ਤੇ ਕੁਰਬਾਨ ਹੈ ਬੈਠ ਜਾ ਮਰੇ ਨਾਲ ਹੀ ਵਜਾ ਕਲੇ ਉਹਨੇ ਦੀ ਜੋ ਅਪਰੂਵ ਨਹੀਂ ਕੀਤਾ ਇਹਨਾਂ ਚੈਨਲ ਜਿਹੜਾ ਲੋੜ ਮਰੇ ਨਾਲ ਬੈਠੀ ਛੁਰੀ ਲੱਗ ਸੀ ਸਹੀ ਗੋਸ਼ਤ ਸਾਰਾ ਕੱਪੀ ਟੁੱਕੀ ਪੈਣਾ ਲਈ ਸਾਰੇ ਜਵਾਨ ਇਕੱਠੇ ਕੁਝ ਹੋਏ ਇਹ ਸਾਡਾ ਮਿੰਬਰ ਬੈਠਾ ਬਸਤੀ ਦਾ ਦੇਖ ਨੂੰ ਪਾਵੇ ਸਾਰੇ ਚਾਤੀ ਬੈਠੇ ਕਛਾ ਹੀ ਰੱਖਦਾ ਅੱਜ ਮਾਮਾ ਅਲਵਾ ਸੀ ਯੂਟਿਊਬਰ ਕੋਈ ਅਲਵਾ ਅਲਵਾ ਸਰ ਕੋਈ ਸਬਸਕ੍ਰਾਈਬ ਕਰਾਏ ਸਨ ਕੋਈ ਵਿਊਡ ਸਨ ਅੱਛਾ ਨਾ ਬਾਈ ਹਾਲੇ ਬੰਦ ਸਾਰੇ ਲੱਗੇ ਪੈਣ ਇੱਥੇ ਜਵਾਨ ਈਦ ਮਨਾਈ ਪੈਣ ਅਦਾ ਜਿਹੜਾ ਅਸੀਂ ਵੀਡੀਓ ਕੋ ਬਲਾ ਦੇਖ ਰਹੇ ਸਾਰੀ ਤਰਫੋਂ ਉਹਨਾਂ ਕੋਲ ਈਦ ਮੁਬਾਰਕ ਥੀ ਵੈ ਸੀ ਖੈਰ ਮੁਬਾਰਕ ਕਮੈਂਟ ਦੇਖ ਰਿਹਾ ਹੈ ਜੇ ਨਾ ਦੇਸੋ ਜ਼ਬਰਦਸਤੀ ਕਿੰਤੂ ਇਹ ਇਹ ਕੁਝ ਜਾਣਦੇ ਹੋ ਤੁਸਾਂ ਇਹ ਯੂਟਿਊਬਰ ਦੇ ਇਕੱਠੇ ਵਧਾ ਰਹੇ ਨੇ ਦੇਖ ਲਓ ਹਾਂ ਇਹੋ ਇਹੋ ਜਵਾਨ ਹੈ ਉਹ ਕਿਵੇਂ ਆਦਾ ਮੈਂ ਖੁਦਾ ਜਾਣਾ ਤੇ ਸਿਲਾਹ ਜਾਣਾ ਹਾਂ ਹਿੰਮਤ ਨਾਰਾਜ਼ ਹੋਵੇ
ਮੂੰਹ ਦੇ ਹਿੱਸੇ ਸੱਪਣੀ ਹੈ ਉਹੀ ਕੋਈ ਅੱਛਾ ਉਹੀ ਕੱਟ ਯਾਰ ਬਣੇ ਲੱਗੇ ਸੱਤ ਪੌ ਬਸ ਖਲਾਸ ਉਹ ਸੱਤ ਪਵੀਤ ਗਨ ਇੱਕ ਹਿੱਸਾ ਬਜਦਾ ਭਾਈ ਕਿਉਂ ਇੱਕ ਕਹਿੰਦਾ ਤੇਰਾ ਓਏ ਛੋਰਾ ਕਿਤੇ ਗਈ ਤੇਰਾ ਬਰਤਨ ਤਾਂ ਨਹੀਂ ਜਾ ਇਹ ਇੰਦਾ ਹੈ ਸੱਤ ਉਹ ਯੋ ਕੋ ਲਾਥੇ ਜਾਣਾ ਅਸਾ ਦੇਵੇ ਪਾਦਿਕੜੋ ਤੇ ਕੋ ਸਾਗੇ ਇੱਕ ਲਾਥੇ ਜਾ ਉਹ ਕੁਛ ਹੋੜ ਦੇ ਤੁਸੀਂ ਇਹ ਮਾਸੜਾ ਗੁੱਤਾ ਕਾੜਿਆ ਇੰਦੇ ਪ੍ਰਾਈਸ ਤੇ ਬਣਾਉ ਬੁਲਾਈ ਜੇ ਅਸਾ ਹੁਣ ਦੋਸਤੋ ਜੁਲਦੇ ਪਏ ਆ ਆਪਣੇ ਅੱਡੇ ਸਮੰਦਰੀ ਦਾ ਪੈਟਰੋਲ ਦੇ ਪੈਸੇ ਜਿਹੜਾ ਪੈਟਰੋਲ ਦੇ ਇਹ ਇਹਦੇ ਇਕੱਠੇ ਮੈਂ ਬਾਰੇ ਬਜਾ ਮੇਰੇ ਕੁਲਫੀ ਦੇ ਪੈਸੇ ਦੇ ਬਣਾ ਨਜਾ ਤਾਂ ਕਿ ਕੁਲਫੀ ਦੇ ਪੈਸੇ ਨਹੀਂ ਦਿੱਤੇ ਇਹ ਤਾਂ ਕੋ ਦੱਸ ਦੇ ਹਾਲੇ ਹੀ ਜੁਲਦੇ ਪਏ ਆ ਅੱਡੇ ਤੇ ਉਥਾ ਕੋਈ ਕਿਆ ਖਵੇ ਸੋਵੇ ਮਾਹੌਲ ਪਿੱਛੋਂ ਮਸਜਿਦ ਖੜੀ ਪਲਸਤਰ ਕਰਾਵਣੇ ਅੱਲਾ ਦੇ ਨਾਂ ਤੇ ਦਿਓ ਕਛ ਨਾ ਪੁੱਛੋ ਹਾਲ ਮੈਂ ਸਤਮੇ ਚ ਹਾਲੇ ਅੱਜ ਫੰਡਰ ਸ਼ੰਡਰ ਬਣੇ ਸੇ ਹਾਲੇ ਥੱਕ ਪਏ ਥੋੜੇ ਬਹੁਤ ਹਾਲੇ ਚੁੰਦੇ ਪਏ ਇਹ ਮਾਰੇ ਇਕੱਠੇ ਹੋਏ ਹਰ ਵੀਡੀਓ ਜੀ ਕੁਲਫੀ ਦੇ ਪੈਸੇ ਜੋ ਦੇਣੇ ਨਾ ਅੱਜਾਂ ਤੱਕ ਮੈਂ ਕੁਲਫੀ ਦੇ ਪੈਸੇ ਨਹੀਂ ਲੈ ਖੈਣ ਸਕਿਆ ਵੀਰੋ ਹੁਣ ਅਸਾਂ ਆਪਣੀ ਦੁਕਾਨ ਤੇ ਆ ਗਏ ਹੁਣ ਭੁੱਖ ਲੱਗੀ ਸੀ ਕਿਹਾ ਖਾਂਦੇ ਪੀਂਦੇ ਹੈ ਤੇ ਅਸਾਂ ਹੁਣ ਖਾ ਪੀ ਕਰੇ ਨਾ ਕੋਈ ਕਿਛਾ ਭੁੱਖ ਲੱਗੀ ਹੈ ਯਾਰ ਦਿਓ ਯਾਰ ਕਿਛਾ ਖਾਵਣ ਦੀ ਵੇ ਜਿਉਂ ਮਿਲੇ ਅਸਾਂ ਹੁਣ ਐ ਖੜੇ ਹਾਂ ਪੈਟਰੋਲ ਪੰਪ ਦੇ ਨਾਲ ਤੇ ਸਾਰਾ ਮੋਟਰਸਾਈਕਲ ਸੀਗਾ ਪੰਚਰ ਕੁਲਫੀ ਵਾਲਾ ਯਾਰ ਉਹ ਬੇੜੇ ਪੰਚਰ ਲੈਣਾ ਪਏ ਤੇ ਹਾਲੀ ਫਿਲਹਾਲ ਅੱਜ ਦੀ ਵੀਡੀਓ ਇੱਥੇ ਹੀ ਬੰਦ ਕਰਨ ਥੱਕੇ ਤਰੁੱਟੇ ਖੜੇ ਹਾਂ ਕੰਮ ਵਗੈਰਾ ਕੀਤੇ ਸੀ ਨਾ ਹੀ ਗੱਲ ਨੂੰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕੀਤਾ ਕਰੋ ਅਤੇ ਅੱਜ ਦੀ ਵੀਡੀਓ ਬਹੁਤ ਹੀ ਅੱਛੀ ਥਈ ਹੈ ਉਮੀਦ ਕਾਫੀ ਤੁਕ ਪਸੰਦ ਆ ਸੀ ਲੇਕਿਨ ਬੁਲਾਹੀ ਯਾਰ ਥੋੜ੍ਹਾ ਬਹੁ ਸਪੋਰਟ ਕੀਤਾ ਕਰੋ ਕਿਉਂ ਨਵਾਂ ਨਵਾਂ ਯੂਟਿਊਬ 'ਤੇ ਆਇਆ ਪਤਾ ਨਾ ਮੈਂ ਹੀ ਗੱਲ ਹੂੰ ਠੀਕ ਹੈ ਓਕੇ ਬਾਏ ਲਵ ਯੂ ਹੋ ਗਿਆ ਆਲ ਫਰੈਂਡ ਬਾਏ ਬਾਏ